ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਲੁਧਿਆਣਾ ਵਿਖੇ ਦੇਰ ਰਾਤ ਤਕਰੀਬਨ 3:45 ਦਾ ਟਾਈਮ ਵਾਲੇ ਜਿਹੜਾ ਲੁਧਿਆਣਾ ਬਾਈਪਾਸ ਅਤੇ ਹਾਰਡੀ ਵਰਡ ਦੇ ਕੋਲ ਤੇਜ਼ ਰਫ਼ਤਾਰ ਜਿਹੜੇ ਕੈਂਟਰ ਨੇ ਇੱਕ ਇਸ GT ਰੋਡ ਹਾਈਵੇ 'ਤੇ ਖੜ੍ਹੀ ਜਿਹੜੀ ਸ਼ਰਧਾਲੂਆਂ ਨਾਲ ਭਰੀ ਬੱਸ ਦੇ ਪਿੱਛੇ ਟੱਕਰ ਮਾਰਤੀ। ਸਿੱਧੀ ਟੱਕਰ ਮਾਰਨ ਨਾਲ ਜਿਹੜਾ ਉਸ ਬੱਸ ਦੇ ਵਿੱਚ ਜਿਹੜਾ ਚੀਕ ਛਿਹਾੜਾ ਪੈ ਗਿਆ। ਤੁਹਾਨੂੰ ਦੱਸਿਆ ਜਾ ਰਿਹਾ ਵੀ ਜਿਹੜੀ ਇਹ ਬੱਸ ਹੈਗੀ ਆ ਉਹ ਜੰਮੂ ਤੋਂ ਵਾਪਸ ਜਿਹੜੇ ਸ਼ਰਧਾਲੂ ਨੇ 45 ਸ਼ਰਧਾਲੂ ਸੀ ਜੀ ਵਾਪਸ ਜਿਹੜੀ ਹਰਿਦੁਆਰ ਗਈ ਸੀ, ਹਰਿਦੁਆਰ ਤੋਂ ਵਾਪਸ ਜਿਹੜੀ ਜੰਮੂ ਵੱਲ ਪਰਤ ਰਹੀ ਸੀ, ਤਾਂ ਕਿਤੇ ਕਿਤੇ ਆ ਕੇ ਜਿਹੜਾ ਬੱਸ ਦਾ ਜਿਹੜਾ ਟਾਇਰ ਪੈਂਚਰ ਹੁੰਦਾ ਅਤੇ ਜਦੋਂ ਟਾਇਰ ਪੈਂਚਰ ਹੋਣ ਨਾਲ ਜਿਹੜਾ ਕੰਡਕਟਰ ਔਰ ਉਸਦਾ ਡਰਾਈਵਰ ਇਸ ਬੱਸ ਦਾ ਟਾਇਰ ਪੈਂਚਰ ਬਦਲਦੇ, ਤਾਂ ਕੁਛ ਹੀ ਸਮੇਂ ਬਾਅਦ ਪਿੱਛੋਂ ਲੁਧਿਆਣੇ ਵੱਲੋਂ ਜਿਹੜਾ ਤੇਜ਼ ਰਫ਼ਤਾਰ ਕੈਂਟਰ ਜਿਹੜਾ ਆਉਂਦਾ ਆ ਉਹ ਇਕਦਮ ਪਿੱਛੇ ਆ ਕੇ ਉਸ ਬੱਸ ਦੇ ਵਿੱਚ ਵੱਜ ਜਾਂਦਾ, ਤਾਂ ਇਕਦਮ ਉੱਥੇ ਚੀਕ ਝਿਹਾੜਾ ਮੱਚ ਜਾਂਦਾ। ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਵਾਂਗਾ ਕਿਸ ਤਰ੍ਹਾਂ ਇਹ ਟੈਂਕਰ ਹੈ, ਜਿਹੜਾ ਟੈਂਕਰ ਹੈ ਸਿੱਧੀ ਪਿੱਛੇ ਬੱਸ ਦੇ ਵਿੱਚ ਵੱਜਦਾ। ਬਿਲਕੁਲ ਮੈਂ ਦਿਖਾਊਂਗਾ ਤਸਵੀਰਾਂ ਦਿਖਾਵਾਂ, ਆਹ ਕੈਂਟਰ ਹੈ ਸਿੱਧੀ ਪਿੱਛੇ ਵੱਜਦਾ ਅਤੇ ਬੱਸ ਨੂੰ ਇੰਨੀ ਜ਼ੋਰ ਦਾ ਧੱਕਾ ਪੈਂਦਾ ਕਿ ਬੱਸ ਬਿਲਕੁਲ ਪਲਟੀ ਖਾਂਦੀ ਦੂਸਰੇ ਫੁੱਟਪਾਥ 'ਤੇ ਚੜ ਜਾਂਦੀ ਹੈ। ਸੋ ਜਿਹੜਾ ਕੈਂਟਰ ਹੈਗਾ PB08ES7442 ਹੈ, ਜਿਹੜਾ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਅਤੇ ਜਿਹੜੀ ਇਹ ਬੱਸ ਹੈ ਜਿਹੜੀ ਜੰਮੂ ਤੋਂ ਕਠੂਆ ਦੇ ਕੋਲ ਜਿਹੜੀ ਚੱਲ ਕੇ ਆ ਰਹੀ ਸੀ, ਅਤੇ ਇਹਦਾ ਜਿਹੜਾ ਨੰਬਰ ਹੈ ਜੰਮੂ ਵਾਲੀ ਜਿਹੜੀ ਬੱਸ ਆ ਰਹੀ ਸੀ JK02CN4031 ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਜਿਹੜੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਜਿਹੜਾ ਬੱਸ ਹੈ ਪਲਟੀ ਖਾ ਕੇ ਦੂਸਰੇ ਫੁੱਟਪਾਥ 'ਤੇ ਚੜ ਜਾਂਦੀ ਹੈ, ਤਾਂ ਅੰਦਰ ਜਿਹੜੇ ਤਕਰੀਬਨ 45 ਸ਼ਰਧਾਲੂ ਸੀ ਉਹਨਾਂ ਵਿੱਚ ਚੀਕ ਝਿਹਾੜਾ ਮੱਚ ਜਾਂਦਾ। ਤਾਂ ਇਸ ਸਾਰੇ ਜਿਹੜੀ ਐਕਸੀਡੈਂਟ ਦੇ ਵਿੱਚ ਤਕਰੀਬਨ ਜਿਹੜੇ 15 ਤੋਂ ਜਿਹੜੇ ਵੱਧ ਬੰਦੇ ਜਿਹੜੇ ਇਸ ਘਟਨਾ ਦੇ ਵਿੱਚ ਜਿਹੜੀ ਜ਼ਖਮੀ ਹੋ ਜਾਂਦੇ ਆ, ਤਾਂ ਇਮੀਜੀਏਟ ਜਿਹੜੇ ਸਥਾਨਕ ਪੁਲਿਸ ਥਾਣਾ ਸਲੇਮਟਾ ਵੀ ਪੁਲਿਸ ਪਹੁੰਚਦੀ ਹੈ, ਤਾਂ ਸਾਰੀ ਜਾਂਚ ਸ਼ੁਰੂ ਕਰਦੀ ਹੈ। ਤਾਂ ਇਸ ਜਿਹੜੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਭੇਜਦੀ, ਜਿਹਦੇ ਵਿੱਚੋਂ ਉੱਥੋਂ ਸਿਵਲ ਹਸਪਤਾਲ ਦੇ ਵਿੱਚ ਜਿਹੜੇ 4 ਜਿਹੜੇ ਗੰਭੀਰ ਰੂਪ ਨਾਲ ਜਿਹੜੇ ਜ਼ਖਮੀ ਸ਼ਰਧਾਲੂ ਹੁੰਦੇ ਉਹਨਾਂ ਨੂੰ PGI ਰੈਫਰ ਕੀਤਾ ਜਾਂਦਾ ਹੈ। ਤਾਂ ਕਿਤੇ ਕਿਤੇ ਆ ਕੇ ਇਸ ਸਾਰੇ ਮਾਮਲੇ ਵਿੱਚ ਜਿਹੜੀ ਥਾਣਾ ਸਲੇਮ ਟਾਵਰੀ ਪੁਲਿਸ ਸਾਰਾ ਜਾਂਚ ਵੀ ਕਰ ਰਹੀ ਹੈ, ਅਤੇ ਕਿਤੇ ਕਿਤੇ ਆ ਕੇ ਜਿਹੜੀ ਆ ਕੈਂਟਰ ਦੀ ਤੇਜ਼ ਰਫ਼ਤਾਰੀ ਇਸ ਸਾਰੀ ਘਟਨਾ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ। ਮੌਕੇ 'ਤੇ ਇਸ ਟਾਈਮ ਜਿਹੜੀ ਥਾਣਾ ਪੁਲਿਸ ਮੌਜੂਦ ਆ, ਗੱਲਬਾਤ ਕਰਾਂਗੇ। ਭਾਅ ਜੀ ਕਿਸ ਤਰ੍ਹਾਂ ਦੀ ਘਟਨਾ ਸੀ, ਕਿੰਨੇ ਵਜੇ ਘਟਨਾ ਹੈਗੀ ਹੈ? ਰਾਤ 2:30 ਵਜੇ ਦੀ ਘਟਨਾ। ਇਹ ਹਰਿਦੁਆਰ ਤੋਂ ਆ ਰਹੇ ਸੀ ਸ਼ਰਧਾਲੂ, ਤਕਰੀਬਨ 40-45 ਬੰਦੇ ਸੀ, ਇਹਦੇ ਵਿੱਚ 2-3 ਬੱਚੇ ਸੀ ਇਹਨਾਂ ਦੇ ਵਿੱਚੋਂ। ਤੋ ਇੱਥੇ ਟਾਇਰ ਪੈਂਚਰ ਹੋਣ ਦੇ ਨਾਲ ਬੱਸ ਖੜ੍ਹੀ ਹੈ, ਅਤੇ ਜਦੋਂ ਸਟੱਪਣੀ ਚੇਂਜ ਕਰਕੇ ਉਹਨਾਂ ਨੇ ਟਾਇਰ ਰੱਖਿਆ, ਅਤੇ ਜਦੋਂ ਇਹ ਹਾਈਵੇ 'ਤੇ ਆ ਰਿਹਾ ਸੀ ਟਰਾਲਾ, ਕਾਫੀ ਤੇਜ਼ ਹੋਊਗਾ, ਲੋਡ ਵੀ ਹੈ ਔਰ ਬਹੁਤ ਜ਼ੋਰ ਨਾਲ ਵਿੱਚ ਵੱਜਾ, ਜਿਹਦੇ ਨਾਲ ਬੱਸ ਪਲਟੀ ਖਾ ਗਈ। ਚੰਡੀਗੜ੍ਹ ਰੈਫਰ ਕਰਤੇ ਆ, ਜਿਹੜੇ ਨੋਰਮਲ ਸੀਗੇ ਆਪਣੇ ਕੁਛ ਫਸਟ ਏਡ ਦੇ ਕੇ ਘਰੇ ਭੇਜ ਦਿੱਤੇ ਆ, ਤੇ ਬਾਕੀ ਕੁਛ ਸਿਵਲ ਹਸਪਤਾਲ ਆ। ਕੈਂਟਰ ਚਾਲਕ ਸੀ ਉਹਨੇ ਕੋਈ ਨਸ਼ਾ ਨਸ਼ਾ ਕੀਤਾ ਹੋਈ ਜਾਂਚ ਜੀ? ਸਰ ਉਹ ਡਾਕਟਰ ਸਾਹਿਬ ਦੱਸ ਸਕਦੇ ਆ ਜੋ ਮੈਡੀਕਲ ਵੀ ਸੀ, ਉਹ ਵੀ ਜ਼ਖਮੀ ਹੋਇਆ। ਹਾਂ ਸਾਨੂੰ ਤਾਂ ਇੱਦਾਂ ਆ ਵੀ ਉਹ ਅਨਿੰਦਰੇ ਕਾਰਨ ਹੋ ਸਕਦਾ ਵੀ ਉਹ ਮਤਲਬ ਥੋੜ੍ਹਾ ਜਿਹਾ ਅੱਖ ਲੱਗ ਗਈ ਹੋਵੇ, ਤਾਂ ਜਿਹੜਾ ਗੱਡੀ ਉਹਦੀ ਸਾਈਡ 'ਤੇ ਆ ਗਈ, ਇਹ ਸਟਿੱਪਣੀ ਚੇਂਜ ਕਰਦੇ ਪਏ ਸੀ ਅਤੇ ਟਰਾਲਾ ਆ ਕੇ ਇਹਦੇ ਵਿੱਚ ਵੱਜਾ, ਲੋਡ ਹੋਣ ਕਰਕੇ ਬੱਸ ਨੂੰ ਧੱਕਾ ਵੱਜਾ ਜ਼ਿਆਦਾ, ਬੱਸ ਪਲਟ ਗਈ ਅਤੇ ਯਾਤਰੀ ਇਸ ਕਰਕੇ ਜ਼ਖਮੀ ਹੋ ਗਏ। ਸੋ ਦੱਸ ਦੀ ਕਿ ਜਿਹੜਾ ਲੁਧਿਆਣਾ ਵਿਖੇ ਜਿਹੜਾ
ਦੇਰ ਰਾਤ ਤਕਰੀਬਨ ਪੌਣੇ ਤਿੰਨ ਦਾ ਟਾਈਮ ਦੱਸਿਆ ਜੀ। ਬੱਸ ਤੁਹਾਨੂੰ ਦਿਖਾ ਰਹੇ ਜੀ, ਇਹ ਉਹ ਬੱਸ ਹੈ ਜਿਹੜੀ ਜੰਮੂ ਤੋਂ ਚੱਲ ਕੇ ਹਰਿਦੁਆਰ ਜਾਂਦੀ ਹੈ ਸ਼ਰਧਾਲੂ ਨੇ, 45 ਸ਼ਰਧਾਲੂ ਹੁੰਦੇ ਆ ਤਾਂ ਉਹਨਾਂ ਨੂੰ ਉਸ ਤੋਂ ਵਾਪਸ ਮੱਥਾ ਟਿਕਾਉਣ ਤੋਂ ਜਾਂ ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਸ਼ਰਧਾਲੂ ਵਾਪਸ ਜੰਮੂ ਵੱਲ ਪਰਤਦੇ ਸੀ ਤਾਂ ਲੁਧਿਆਣੇ ਆ ਕੇ ਇਹਨਾਂ ਦਾ ਜਿਹੜੀ ਬੱਸ ਦਾ ਜਿਹੜਾ ਟਾਇਰ ਪੈਂਚਰ ਹੁੰਦਾ ਅਤੇ ਇਹ ਬੱਸ ਨੂੰ GT ਰੋਡ ਹਾਈਵੇ 'ਤੇ ਜਿਹੜਾ ਸਾਈਡ 'ਤੇ ਕਰਦੇ ਆ ਤਾਂ ਜਦੋਂ ਬੱਸ ਡਰਾਈਵਰ ਦਾ ਕੰਡਕਟਰ ਅਤੇ ਡਰਾਈਵਰ ਉਸਦਾ ਜਿਹੜਾ ਟਾਇਰ ਪੈਂਚਰ ਨੂੰ ਜਿਹੜਾ ਠੀਕ ਕਰਕੇ ਸੰਭਲਦਾ ਹੀ ਹੈ ਅਤੇ ਇਸ ਦੇ ਨਾਲ ਹੀ ਪਿੱਛੋਂ ਲੁਧਿਆਣਾ ਤੋਂ ਪਿੱਛੋਂ ਆ ਰਿਹਾ ਕਿ ਤੇਜ਼ ਰਫ਼ਤਾਰ ਕੈਂਟਰ ਚਾਲਕ ਖੜ੍ਹੀ ਬੱਸ ਦੇ ਪਿੱਛੇ ਇੱਕਦਮ ਵੱਜਦਾ ਤਾਂ ਜਿਹੜਾ ਇਹ ਜਿਹੜੀ ਫੇਟ ਹੁੰਦੀ ਇੰਨੀ ਕਿ ਤੇਜ਼ ਹੁੰਦੀ ਹੈ ਕਿ ਜਿਹੜੀ ਆ ਬੱਸ ਹੈ ਪਲਟੀ ਖਾ ਕੇ ਫੁੱਟਪਾਥ ਦੇ ਉੱਪਰ ਉਲਟ ਜਾਂਦੀ ਹੈ ਅਤੇ ਇੱਕਦਮ ਉੱਥੇ ਚੀਕ ਝਾੜਾ ਪੈ ਜਾਂਦਾ ਤਾਂ ਕਿਤੇ ਕਿਤੇ ਆ ਕੇ ਜਿਹੜਾ ਸਥਾਨਕ ਜਿਹੜੇ ਲੋਕ ਹੁੰਦੇ ਆ ਉਹ ਇਮੀਜੀਏਟਲੀ ਜਿਹੜੀ ਜਲਦੀ ਜਲਦੀ ਉੱਥੇ ਪਹੁੰਚਦੇ ਆ ਅਤੇ ਜਿਹੜੇ ਜ਼ਖਮੀਆਂ ਨੂੰ ਪੁਲਿਸ ਦੀ ਮਦਦ ਨਾਲ ਸਥਾਨਕ ਜਿਹੜੇ ਹਸਪਤਾਲ 'ਚ ਭੇਜਦੇ ਅਤੇ ਜਿਨ੍ਹਾਂ ਵਿੱਚੋਂ 4 ਜਿਹੜੇ CS ਜਿਹੜੇ ਸ਼ਰਧਾਲੂ ਹੈ ਉਹਨਾਂ ਨੂੰ ਜਿਹੜੇ ਡਾਕਟਰ ਹੈ ਉਹਨਾਂ ਨੂੰ PGI ਰੈਫਰ ਕਰ ਦਿੰਦੇ ਆ। ਤਕਰੀਬਨ ਜਿਹੜੇ 45 ਯਾਤਰੀ ਹੁੰਦੇ ਇੱਕ ਕੈਂਟਰ ਚਾਲਕ, ਜਿਨ੍ਹਾਂ ਵਿੱਚੋਂ 15 ਜਿਹੜੇ ਜ਼ਖਮੀ ਦੱਸੇ ਜਾਂਦੇ ਟੋਟਲ, ਅਤੇ ਜਿਨ੍ਹਾਂ ਵਿੱਚੋਂ 4 ਬਿਲਕੁਲ ਗੰਭੀਰ ਰੂਪ ਨਾਲ ਜ਼ਖਮੀ ਆ ਔਰ PGI ਚੰਡੀਗੜ੍ਹ ਰੈਫਰ ਕੀਤਾ ਗਿਆ। ਤਾਂ ਕਿਤੇ ਕਿਤੇ ਆ ਕੇ ਲੁਧਿਆਣਾ ਵਿਖੇ ਦੇਰ ਰਾਤ ਦਾ ਜਿਹੜਾ ਇਹ ਮਾਮਲਾ ਆ ਤਾਂ ਇੱਕ ਬਹੁਤ ਦੁਖਦਾਈ ਘਟਨਾ ਵੀ ਹੈ ਜਿਹਦੇ ਵਿੱਚ ਇੱਕ ਬੰਦੇ ਦੀ ਡੈਥ ਵੀ ਹੋ ਜਾਂਦੀ ਹੈ। ਕੈਮਰਾਮੈਨ ਬੌਬੀ ਨਾਲ ਸੰਦੀਪ ਸ਼ਰਮਾ, ਦੈਨਿਕ TV ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।